ਸਤਿ ਸ਼੍ਰੀ ਅਕਾਲ ਦੋਸਤੋ, ਅੱਜ 1 ਸਾਲ ਹੋ ਗਿਆ ਬੇਬੇ ਨੂੰ। ਪਿਛਲੇ ਸਾਲ ਮੈਂ ਖੇਤ ਲੈ ਕੇ ਗਿਆ ਸੀ ਖੇਤ ਦਿਖਾਉਣ ਵਾਸਤੇ, ਕਿਉਂਕਿ 10 ਸਾਲਾਂ ਬਾਅਦ ਉਹਨੇ ਉਹ ਖੇਤ ਦੇਖੇ ਸੀਗੇ। ਅੱਜ ਫਿਰ ਬੇਬੇ ਨੂੰ ਖੇਤ ਲੈ ਕੇ ਜਾਂਦੇ, ਇਸ ਕਰਕੇ ਕਾਰ ਧੋਤੀ, ਸਾਫ਼ ਕਰਤੀ, ਅਤੇ ਆ ਜਾਓ ਕਰਦੇ ਹਾਂ ਬੇਬੇ ਨਾਲ ਗੱਲਬਾਤ। ਹਾਂਜੀ ਬੇਬੇ, ਬੈਠੇ ਹੋ? ਹੋਰ ਪੁੱਤ ਬੈਠੇ, ਮੈਂ ਤਾਂ ਨਾ ਬਾਹਰ ਨੂੰ ਡਿੱਗਦੀ ਸੀ ਕਣਕ ਆਉਣ ਵਾਲੀ ਸੀ। ਆਏ ਹੈਗੀ ਕਣਕ ਤਾਂ ਮਸ਼ੀਨ ਤਾਂ ਚੱਲੀ ਜਾਂਦੀ ਆ, ਚੱਲੀ ਜਾਂਦੀ ਆ। ਇੰਨਾ ਲੇਟ ਹੋ ਗਏ, ਲਾਈਟ ਹੈ ਨਹੀਂ, ਲਾਈਟ ਕਿੱਥੇ, ਲਾਈਟ ਤਾਂ ਬਾਅਦ ਚੱਲੀ ਗਈ ਹੈ। ਕਣਕਾਂ ਕਰਕੇ ਬੰਦ ਕਰ ਦਿੰਦੇ ਆ? ਕਣਕਾਂ ਕਰਕੇ ਬੰਦ ਕੀਤੀ, ਉਹ ਤਾਂ ਜਾਲ ਜਿਹਾ ਖਰਾਬ ਹੋਇਆ ਸੀ ਉੱਥੇ, ਤਾਂ ਤੋਂ ਮੰਨ ਲਈ ਕੀ ਕੰਬਾਈਨ ਚੱਲੀ ਜਾਂਦੀ ਹੈ ਫਿਰ ਤਾਂ। ਤੇ ਰਹਿੰਦੀ ਹੈ ਕਦੇ ਦੇਖਣ ਨੂੰ? ਜੀ ਤਾਂ ਕਰਦਾ, ਪਰ ਧੁੱਪ ਲੱਗਦੀ ਹੈ। ਅੱਛਾ, ਚੱਲੀਏ ਫਿਰ ਪਕਾਰ ਚੱਲ ਵੜਦੇ ਹਾਂ, ਫਿਰ ਧੁੱਪ ਲੱਗਣੀ। ਉੱਥੇ ਕਿੱਥੇ ਛਾਵੇਂ ਹੋ ਗਈ ਉੱਥੇ? ਹਾਂ ਛਾਂ ਹੈਗੇ, ਨਵੇਂ ਤੂੰ ਨਵਾਂ ਫਾਰਮ ਜਦੋਂ ਬਣਾਇਆ ਤੂੰ ਦਿਖਾ ਕੇ ਲਾਉਣਾ। ਕਿਹੜਾ ਫਾਰਮ ਬਣਾਇਆ? ਹੋਰ ਬਣਾਇਆ, ਖੇਤ ਨਹੀਂ ਬਣਾਇਆ ਆਪਾਂ, ਕਿ ਦੇਖਿਆ ਤੂੰ? ਮੈਨੂੰ ਕੀ ਕਿਹਨੇ ਦਿਖਾਇਆ? ਠੰਡੇ ਦਿਖਾਓ, ਆਪਾਂ ਪਿਛਲੇ ਸਾਲ ਗਏ ਸੀ ਖੇਤ, ਹੈ ਨਾ? 1 ਸਾਲ ਪਹਿਲਾਂ ਮੈਂ ਬੇਬੇ ਨੂੰ ਖੇਤ ਲੈ ਕੇ ਗਿਆ ਸੀਗਾ, 1 ਸਾਲ ਹੋ ਗਿਆ ਸ਼ਾਇਦ ਤੁਸੀਂ ਵੀਡੀਓ ਦੇਖੀ ਹੋਣੀ। ਅਤੇ ਅੱਜ ਫਿਰ ਬੇਬੇ ਕਹਿੰਦੀ ਜੀ ਕਰਦਾ ਖੇਤ ਜਾਣ ਨੂੰ, ਦੇਖਣ ਨੂੰ, ਉੱਥੋਂ ਦੀਆਂ ਵੱਟਾਂ, ਉੱਥੋਂ ਦੇ ਬਰਕੈਣ, ਉੱਥੋਂ ਦਾ ਜਦੋਂ ਪਿਛਲੇ ਸਾਲ ਗਏ ਸੀ ਉਹ ਕੋਠਾ ਜਿਹੜਾ ਆਪਾਂ ਸੀਗਾ ਉਹ ਕੱਚਾ ਸੀਗਾ ਅੰਦਰੋਂ ਵੀ, ਅਤੇ ਹੁਣ ਉੱਥੇ ਫਾਰਮ ਹਾਊਸ ਬਣਾਇਆ ਹੋਇਆ। ਬੇਬੇ ਸਿਆਣ ਨਹੀਂ ਆਉਣੀ ਤੁਹਾਨੂੰ ਹੁਣ, ਮੈਂ ਸੋਟੀ ਲਾ ਲਵਾਂ ਤੁਰਿਆ ਨਹੀਂ ਜਾਂਦਾ। ਅੱਛਾ, ਜਿੱਥੇ ਝਲਾਰ ਸੀ ਉੱਥੇ ਵੀ ਸੋਟੀ ਲਾ ਦਿੰਦੀ, ਜਿੱਥੇ ਸਾਡੇ ਨਿੰਬੂ ਸੀ ਜਿੱਥੇ ਇੱਕ ਮਾੜਾ ਸੀ ਉਹ ਵੀ ਨਿਸ਼ਾਨੀ ਮਾੜਾ। ਹਾਂ ਠੀਕ ਹੈ, ਅਤੇ ਉਦੋਂ ਹੁਣ ਫਾਰਮ ਹਾਊਸ ਬਣ ਗਏ ਬੇਬੇ ਨੂੰ ਤਾਂ ਉਹ ਦਿਖਾਵਾਂਗੇ, ਅੱਜ ਟਾਈਮ ਸੀਗਾ। ਬੇਬੇ ਕਹਿੰਦੀ ਗਰਮੀ ਨਾ ਕਿਤੇ ਲੱਗ ਜੇ ਵਾਲੀ, ਅਤੇ ਮੈਂ ਕਾਰ ਇਸ ਤੋਂ ਪਹਿਲਾਂ ਸਾਫ਼ ਕਰਾਇਆ ਸੀਗਾ, ਧੋਆਇਆ ਸੀਗਾ, ਅਤੇ ਚਲੋ ਜੀ ਕਰਦੇ ਹਾਂ ਫਿਰ ਆਪਾਂ ਰਾਹ 'ਚ ਜਾ ਕੇ ਗੱਲਾਂ ਬੇਬੇ ਨਾਲ। ਚਲੋ ਬੇਬੇ ਬੈਠੋ। ਬੇਬੇ ਨੇ ਟੋਫੀ ਦਿੱਤੀ, ਕਹਿੰਦੀ ਖੁਸ਼ ਹੋ ਗਈ ਨਾ ਬੇ ਪੂਰੀ। ਚੱਲ ਬੈਠ ਅੱਗੇ ਬੈਠ। ਖੋਲ ਲਵੇ ਇੱਕ ਮਿੰਟ, ਖੋਲਦਾ ਇੱਥੋਂ ਖਾ, ਚੱਲ ਹਾਂ ਹਟ ਜਾ ਲਓ ਇੱਕ ਮਿੰਟ, ਉੱਧਰੋਂ ਖੋਲਦਾ ਬੈਠ ਇੱਕ ਮਿੰਟ ਪੁਜਾ। ਆ ਜਾਓ ਬਹਿ ਜਾਓ। ਚਲੀਏ ਬੇਬੇ, ਰਾਹ ਚਲਾਨ ਨਾ ਹੋ ਜੇ ਹੈਂ। ਹਾਂ ਪੁੱਤ, ਅਤੇ ਆਹ ਮਾਸਕ ਲਾ ਲਾ ਤੂੰ। ਨਹੀਂ ਪੁੱਤ, ਰਹਿਣ ਦੇ ਤਾਂ। ਹੈਂ, ਲਾਉਣਾ ਨਹੀਂ? ਨਹੀਂ ਪੁੱਤ, ਇੱਥੇ ਲੱਗਦਾ ਨਹੀਂ ਹੈ। ਕੀ ਹੁੰਦਾ? ਨਾਂ ਕੀ ਹੈ? ਮਾਸਕ। ਅੱਛਾ, ਕੀ ਮਾਸਕ ਲਾ ਲਾ ਬੇਬੇ, ਚਲਾਨ ਨਾ ਕੱਟਿਆ ਜਾਵੇ। ਪੁੱਤ ਨਹੀਂ, ਮੇਰੇ ਸਾਹ ਘੁੱਟਦਾ, ਮੈਂ ਇੱਥੇ ਲੱਗਦਾ ਨਹੀਂ ਹੈਗਾ। ਅੱਛਾ, ਸਾਹ ਘੁੱਟਦਾ? ਹਾਂ, ਬੁੜਿਆਂ ਨੂੰ ਕੁਛ ਨਾ ਦਿੰਦੇ। ਅੱਛਾ, ਜੇ ਚਲਾਨ ਕੱਟਿਆ ਕੁਛ ਨਹੀਂ ਹੁੰਦਾ? ਨਹੀਂ ਨਹੀਂ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਮੈਂ ਭਾਈ ਕਹੀ ਤੂੰ ਸਿੱਧੂ ਹੋਣਗੇ ਉਹ। ਚਲੋ ਜੀ ਚੱਲਦੇ ਹਾਂ ਭਾਈ ਦੇ ਨਾਲ। ਇਹ ਮੰਨਾ ਤੁਸੀਂ ਆ ਇਸ ਇੱਥੇ ਫਿਰ ਨਹੀਂ ਤੇ ਅੱਜ ਆਏ ਹੋਵੋਗੇ, ਹੈ ਨਾ? ਸਾਲ ਹੀ ਹੋ ਗਿਆ, ਪਿਛਲੇ ਸਾਲ ਤਾਂ ਆਏ ਆਪਾਂ, ਉਹ ਇੱਕ ਦਿਨ ਇੱਧਰ ਆਈ ਸੀ ਪਰ ਕਹਾਣੀ ਨਹੀਂ ਸੀ। ਅੱਛਾ ਅੱਛਾ, ਠੀਕ ਹੈ ਠੀਕ ਹੈ। ਚੱਲ ਪਿਆ, ਹੁਣ ਤਾਂ ਠੰਡੀ ਹਵਾ ਆਉਂਦੀ ਹੈ, ਗਰਮੀ ਤਾਂ ਨਹੀਂ ਆਉਂਦੀ, ਬਾਹਰ ਧੁੱਪ। ਉੱਥੇ ਤਾਂ ਬਾਹਲੀ ਵਧੀਆ ਬਰਕੈਣ ਆਪਣੇ, ਬਾਕੀ ਉੱਥੇ ਜਦੋਂ ਤੁਸੀਂ ਬੈਠ ਕੇ ਤੁਸੀਂ ਤਾਂ ਦੇਖੋਗੇ ਵੀ ਕਿਆ ਬਾਤ ਹੈ, ਮਨ ਖੁਸ਼ ਹੋ ਜੂ ਮਨ। ਇਹ ਟੈਂਕੀ ਤੇ ਉਦੋਂ ਸ਼ੌਂਕ ਹੁੰਦੇ ਸੀਗੇ, ਰੱਖ ਦਿੰਦੇ ਸੀਗੇ ਬਾਜ, ਇਹ ਟੈਂਕੀ ਹੈਗੀ ਬਾਜ ਹੈ। ਹਾਂ, ਅੱਛਾ, ਨਹੀਂ ਨਹੀਂ ਹਾਂ, ਇਹ ਚੀਜ਼ਾਂ ਨਾਲ ਪਾਣੀ ਵਾਲੀ ਟੈਂਕੀ ਹੈ ਘਰ ਦੇ ਵਿੱਚ। ਸੜਕ ਬਣ ਗਈ ਹੁਣ ਤਾਂ, ਪਹਿਲਾਂ ਕਹਿ ਜਾਂਦਾ ਜਰਾ ਇਹ ਕੱਚਾ ਸੀ ਤਾਂ ਹੀ ਘੱਟ ਸਿਆਣ ਆਉਂਦੀ ਆ ਆਪਣੇ ਘਰ ਦੇ ਦੂਜੀ ਆ ਗਈ ਲਾਣੇ ਦੇ ਖੇਤ, ਹੈ ਨਾ? ਹਾਂ, ਨਹੀਂ ਪਹਿਲਾਂ ਕਹਿ ਜਾ ਕੱਚਾ ਸੀਗਾ, ਕੱਚਾ ਜਮਾ ਕੱਚਾ, ਪੀਕ ਹੁੰਦੀ ਹੁੰਦੀ, ਕਦੇ ਇੱਧਰ ਦੀ ਹੋ ਜਾਂਦੀ ਕਦੇ ਇੱਧਰ ਦੀ ਹੋ ਜਾਂਦੀ। ਅੱਛਾ, ਹਾਂ, ਜਿੱਥੇ ਖੱਬਰ ਹੁੰਦਾ ਵੀ ਮੇਰੇ ਪੈਰ ਨਾਲ ਲਿਬੜ ਜਾਣਾ, ਰੇਤ ਖੱਬਰ 'ਚ ਚੜ ਜਾਂਦੀ ਮੈਂ ਤਾਂ। ਅੱਛਾ, ਹਾਂ, ਅਤੇ ਉਹ
ਟਾਲੀ ਬੇਬੇ ਇਹ ਨੇਰੀ ਨੇ ਪੱਟ ਦਿਆ ਟਾਲੀ ਸਿਆਣ ਸੀ ਨਾ ਟਾਲੀ ਹੋਰ ਇੰਨੀ ਨੇਰੀ ਆਈ ਸੀਗੀ ਮਤਲਬ ਹੋ ਗਏ ਛੇ ਸੱਤ ਖੇਤ ਨੂੰ ਕੱਸੀ ਹਾਂ ਕੱਸੀ ਹੁਣ ਤਾਂ ਉਹਨੇ ਪੱਟਤੀ ਬੇਬੇ ਹੁਣ ਕਈ ਚੀਜ਼ਾਂ ਬਦਲਤੀਆਂ ਇੱਥੇ ਪਤਾ ਹੀ ਨੀ ਲੱਗਣਾ ਪਰ ਫਿਰ ਵੀ ਹਜੇ ਵੀ ਕੁਛ ਨਾ ਕੁਛ ਤਾਂ ਥੋੜੇ ਜ਼ਿਆਦਾ ਹਜੇ ਹਾਂ ਟਟੀਰੀ ਜੇ ਆਂਡੇ ਪਏ ਸੀਗੇ ਤੇ ਕੱਲ ਗੱਡੀ ਆਈ ਸੀ ਇੱਥੇ ਜਮਾਂ ਕੋਲ ਦੀ ਲੰਘ ਟਾਇਰ ਓਦੋਂ ਬਾਅਦ ਪਤਾ ਕੀ ਕਰਿਆ ਬਾਈ ਨੇ ਮੈਂ ਦਿਖਾਉਣਾ ਕੋਲੇ ਜਾ ਕੇ ਆਸੇ ਪਾਸੇ ਉਹ ਕਰਦੇ ਡਰੇ ਧਰ ਕੇ ਕੋਈ ਹਾਂ ਬੈਠੀ ਹਜੇ ਤੇਰੀ ਇੱਥੇ ਤਾਂ ਕਲਾੜੇ ਵਾਲਾ ਕੋਠਾ ਸੀ ਨਾ ਗੁੜ ਬਣਾਉਣਾ ਰਹੇ ਤਾਇਆ ਬਰਗੈਨ ਥੱਲੇ ਮੰਜੇ ਤੇ ਤੇ ਉਹ ਕਿਵੇਂ ਸੋਹਣਾ ਬਣ ਗਿਆ ਕਿਉਂ ਕਿ ਸਿਆਣ ਨੀ ਆਉਂਦੀ ਸੋਲਰ ਲੱਗਿਆ ਵੇ ਆਪਣੇ ਇੱਥੇ ਫਿਰ ਪਤਾ ਮੋਟਰਾਂ ਘੱਟ ਹੈ ਚਲੋ ਅੱਜ ਫਿਰ ਆਪਾਂ ਇੱਥੇ ਬਹਿਣੇ 10 ਮਿੰਟ ਗੱਲਾਂ ਕਰਦੇ ਆ ਹਾਂ ਗੰਢੇ ਆ ਕੰਬਾਈਨ ਤਾਂ ਉਹ ਦੂਜੇ ਖੇਤ ਆਊਗੇ ਇੱਥੇ ਵੱਢਣ ਉਹ ਚੱਲੀ ਜਾਂਦੀ ਪਰੇ ਆ ਜਾਓ ਮੈਂ ਮੰਜਾ ਛਾਵੇਂ ਕਰਦਾ ਬਹਿ ਜਾਓ ਬਸ ਠੀਕ ਹੈ ਸਹੀ ਹੈ ਲੱਭੇ ਕਰਦੇ ਗੱਲਾਂ ਹੁਣ ਆਉਂਦੀ ਬੇਬੇ ਸਿਆਣ ਬਾਹਣ ਦੀ ਨਹੀਂ ਪੁੱਤਰ ਨਹੀਂ ਸਿਆਣ ਅੱਛਾ ਬਦਲ ਗਿਆ ਨਾ ਊਂ ਤਾਂ ਬਦਲ ਗਿਆ ਤੇ ਊਂ ਸਿਆਣ ਆਉਂਦੀ ਹੈ ਟੱਕ ਦੀ ਸਾਰੇ ਦੀ ਸਿਆਣ ਆਉਂਦੀ ਹੈ ਪਰ ਆਹ ਜਿਹੜਾ ਤੁਸੀਂ ਬਾਹਲਾ ਸੋਹਣਾ ਕੁਛ ਬਣਾ ਲੈਣਾ ਇਹ ਐਂ ਲੱਗਦਾ ਵੀ ਇਹ ਆਪਾਂ ਕਿੱਥੇ ਆ ਗਏ ਇਹ ਤਾਂ ਤੇ ਉਹ ਦੂਰੋਂ ਮੈਨੂੰ ਲੀਲਾ ਜਿਹਾ ਦੱਸਿਆ ਮੈਂ ਆਖਿਆ ਨਾ ਕਿਰਪਾਇਨ ਫਿਰਦੀ ਆਪਣੀ ਅੱਛਾ ਤੇ ਫਿਰ ਜਦੋਂ ਇੱਥੇ ਮੈਨੂੰ ਬਾਹਰ ਦੱਸਿਆ ਫਿਰ ਮੈਂ ਆਖਿਆ ਨਹੀਂ ਤਾਂ ਹੋਰ ਕਮਰਾ ਪੁੱਤ ਦਰਖਤ ਬਹੁਤ ਘੱਟ ਇੱਥੇ ਹੁਣ ਤਾਂ ਆਹ ਲਾ ਦੀਆਂ ਹੁਣ ਤਾਂ ਬਰਕੈਨਾਂ ਲਾ ਦੀਏ ਬਈ ਸਾਰੇ ਪੁੱਤ ਜੇ ਸਾਉਣ 'ਚ ਫੁੱਲਦੀਆਂ ਹੁੰਦੀਆਂ ਸਾਉਣ 'ਚ ਬਥੇਰਾ ਵੱਧ ਜਾਣਗੀਆਂ ਆਪਣੇ ਫਿਰ ਪਾਣੀ ਦੀ ਕਮੀ ਹੈ ਇੱਥੇ ਨਹੀਂ ਤਾਂ ਫਿਰ ਵਾਧੂ ਕਰਦੇ ਦਰਖਤ ਤਾਂ ਗੰਢੇ ਹੀ ਰਹੀ ਗਈ ਹੋਰ ਟਾਹਲੀ ਹੈ ਲੰਬੀ ਵਾਲੀ ਹੋਈ ਗੱਲ ਕਰ ਤੁਹਾਨੂੰ ਛਾਂਗਤੀ ਸੀਗੀ ਇਹਦੀ ਛਤਰੀ ਪੂਰੀ ਬਣਾ ਰੱਖੀ ਹੈ ਉੱਥੇ ਜਾਣ ਨੂੰ ਜੀ ਨਹੀਂ ਕਰਦਾ ਇੱਥੇ ਉਹ ਫਾਰਮ 'ਚ ਚੱਲੂਗੀ ਪੁੱਤ ਜਾਊਂਗੀ ਜੀ ਕਰਦਾ ਦੇਖਣ ਨੂੰ ਤਾਂ ਸੋਹਣਾ ਜੀ ਕਰਦਾ ਹੈ ਪਰ ਹੁਣ ਮੈਂ ਥੱਕ ਗਈ ਸੀ ਇੱਥੇ ਬੈਠੇ ਬੈਠੇ ਥੱਕ ਗਈ ਠੀਕ ਹੈ ਠੀਕ ਹੈ ਇਹ ਤਾਂ ਮੈਂ ਰਾਈ ਕਰਦਾ ਮੈਂ ਸਾਰੀਆਂ ਬੱਟਾਂ ਤੈਨੂੰ ਆ ਦੱਸਾਂ ਵੀ ਇੱਥੇ ਤਾਂ ਪੁੱਤ ਆਪਣੇ ਨਿੰਬੂ ਸੀ ਇੱਥੇ ਪੁੱਤ ਆਪਣੇ ਝਲਾਰ ਸੀ ਇੱਥੇ ਪੁੱਤ ਆਪਣੇ ਝਾੜ ਮਾਲਾ ਸੀ ਹੈਂ ਤੇ ਇੱਥੇ ਆਪਣੇ ਖਾਲ ਦੇ ਉੱਤੇ ਬੇਰੀ ਸੀ ਉੱਥੇ ਮੈਂ ਚਾਹ ਕਰਦੀ ਹੁੰਦੀ ਸੀਗੀ
फिर मैं चाह पी लेंदी होंगी सी, फिर ऐ करके चाह पी के फिर मैं झोई बन के फिर चूबन लग जाती ऐ कर दी। अच्छा, फिर बहिंदी नहीं सी, फिर मैं बड़ा चिर मैं लालच हो जाता, नरमा नरमा लालच होता। कि चुग देंगे सी पुत, मैं झूठता लेंदी सी, झूठता मैं मन भी लेंदी सी, मैं आंदे कि तेरा मन बराबर है अगर तू के मगरू फुटिया चुगा कर, तू भी हूँ चिट्टे शौर हो पे ने ਹੁਣ ਐਸਾ ਬੇੜਾ ਸ਼ੋਰ ਚਿੱਟੇ ਮੈਂ ਇੱਥੇ ਚੁੰਦੀਆਂ ਚੁਕਾਈ ਜਾਂਦੀ ਮਗਰ ਚੁੰਦੀਆਂ ਨਾ ਛੱਡਿਆ ਕਰੋ ਕੇ ਰੋਟੀ ਕਹਿੰਦੇ ਨਾ ਖਾਂਦੇ ਪਏ ਰੋਟੀ ਪਹਿਲਾਂ ਕੋ ਹੁਣ ਪਹਿਲਾਂ ਤਾਂ ਪੁੱਤ ਲੱਸੀ ਚ ਵੀ ਚੂਰ ਲੈਂਦੀਆਂ ਰੋਟੀ ਮਿਰਚਾਂ ਪਾ ਕੇ ਅਤੇ ਖੇਤ ਅਸੀਂ ਤੇ ਲੱਸੀ ਲਿਆ ਕੇ ਮਾਖਣ ਲੈ ਆਉਂਦੀਆਂ ਬੈਂਗਣ ਹੁੰਦੇ ਦਾਲ ਧਰ ਲੈਂਦੀਆਂ ਇੱਥੇ ਹੀ ਜਦੋਂ ਅਸੀਂ ਖੇਤ ਆਉਂਦੇ ਨਾ ਬੈਂਗਣ ਹੁੰਦੇ ਅਸੀਂ ਦਾਲ ਧਰ ਲੈਂਦੀਆਂ ਜਿਹੜੀਆਂ ਅਸੀਂ ਖੇਤੋਂ ਘਰੋਂ ਆਉਂਦੇ ਨਾ ਦਾਲ ਧਰ ਕੇ ਫਿਰ ਉਹਦੇ ਨਾਲ ਖਾ ਲੈਂਦੀਆਂ ਘਰੋਂ ਰੋਟੀ ਬਣ ਚਟਨੀ ਕਾਹਦੀ ਬਣਾ ਦਿੰਦੇ ਚਟਨੀ ਪੁੱਤ ਇੱਕ ਤਾਂ ਮੇਥੀ ਪਾ ਲੈਂਦੀਆਂ ਇੱਕ ਗੰਢੇ ਪਾ ਲੈਂਦੀਆਂ ਅੱਜ ਕੱਲ੍ਹ ਤਾਂ ਉਹ ਹੁੰਦੀ ਸਿਆਲ 'ਚ ਹੁੰਦੀ ਹੈ ਨਹੀਂ ਸਾਲੀ ਵੀ ਆਦੀ ਵਾਲੀ ਅਦਰਕ ਵਾਲੀ ਹਾਂ ਅੱਛਾ ਅੱਜ ਕੱਲ੍ਹ ਹਰੀ ਗੰਢਾਂ ਦੀ ਤਾਂ ਚਟਨੀ ਬਾਹਲੀ ਸਵਾਦ ਹੁੰਦੀ ਹੈ ਅੱਛਾ ਹੈ ਉੱਤੇ ਇੰਨੀ ਧਰੀ ਹੋਈ ਮੱਖਣੀ ਪਰ ਮੱਖਣੀ ਵੀ ਉੱਪਰ ਤੋਂ ਉਹਨਾਂ ਦੇ ਹੁੰਦੀ ਹੈ ਕਰਮਾਂ ਦੀ ਜਿਹਨਾਂ ਦੇ ਕੋਈ ਉਸ ਗੱਲ ਨੂੰ ਕੰਮ ਆਏ ਬੰਦੇ ਹੁੰਦੇ ਨੇ ਜੀਜਾ ਲਾ ਗਿਆ ਖੇਤ ਆ ਕੇ ਜੀ ਪੁੱਤ ਰਾਤ ਦੇ ਖੇਤ 'ਚ ਅਤੇ ਆਪਦੇ ਖੇਤ 'ਚ ਜੀ ਮੇਰਾ ਕਿਵੇਂ ਨਾ ਲੱਗਿਆ ਦੱਸ ਹੈਂ ਅਤੇ ਜਦੋਂ ਤਾਂ ਇੱਥੋਂ ਸਾਂਝਾ ਰੁਕ ਦਿਓ ਤਾਂ ਮਰੇ ਚੰਗਾ ਅਤੇ ਜਦੋਂ ਪੁੱਤ ਕੁਛ ਨਹੀਂ ਹੁੰਦਾ ਜਦੋਂ ਆਹ ਥਾਂ ਦੇਖ ਲੈਂਦੀ ਹਾਂ ਫਿਰ ਆਉਂਦੀਆਂ ਵੀ ਦੋ ਚਾਰ ਸਾਲ ਹੋਰ ਦੇਖਾਂ ਹੋਰ ਦੇਖਾਂ ਪੁੱਤ ਜੇ ਹੁਣ ਮੇਰੀ ਉਮਰ ਹੋ ਗਈ ਜਾਣ ਦੀ ਆਇਓ ਵੀ ਤੁਹਾਨੂੰ ਚੀਜ਼ ਦਿਖਾਵਾਂ ਇੱਕ ਬਾਹਲੀ ਘੈਂਟ ਚੀਜ਼ ਦਿਖਾਵਾਂ ਆਇਓ ਦਿਖਾਵਾਂ ਆਹ ਦੱਸ ਕੀ ਬਣ ਗਿਆ ਇੱਥੇ ਬੈਠ ਕੇ ਦੱਸੂ ਪੁੱਤ ਬੈਠਣਾ ਨਹੀਂ ਇਹਦੇ ਅੱਛਾ ਗਏ ਹਾਂ ਪਤਾ ਕਦੋਂ ਬਣੇ ਇਹ ਪੈਸੇ ਰੋਟੀ ਖੇਤ ਚਾਹ ਪਾਣੀ ਸਾਰਾ ਕੁਛ ਰਸੋਈ ਆਪਣੀ ਖੇਤ ਵਾਲੀ ਤੁਹਾਡੇ ਬੈਂਚ ਕੀ ਹੁੰਦੀ ਸੀ ਸਿਆਣਾ ਕਿੱਥੇ ਬੈਠੇ ਸੀ ਪਿਛਲੇ ਸਾਲ ਤੁਸੀਂ ਸਿਆਣਾ ਹੈਗੀ ਹੈ ਕਿੱਥੇ ਉਦੋਂ ਕੱਚਾ ਸੀ ਨਾ ਹਾਂ ਹੁਣ ਕੁਰਸੀ 'ਤੇ ਬੈਠਣਾ ਕਿ ਮੰਜੇ 'ਤੇ ਮੰਜੇ 'ਤੇ ਕੁਰਸੀ ਚਲਾ ਜਾਓ ਇਹ ਤਾਂ ਹਜੇ ਇਹ 'ਚ ਪਾਣੀ ਪਾਵੇ ਨੀਲਾ ਨੀਲਾ ਪਾਣੀ ਹੋ ਜਾਂਦਾ ਸਾਫ਼ ਕਰਨ ਵਾਲਾ ਹਜੇ ਨਹੀਂ ਨਹੀਂ ਜਵਾਕ ਨੂੰ ਜਵਾਕ ਆਉਂਦੇ ਇੱਥੇ ਖਾਲੀ ਰੱਖ ਦਿੰਦੇ ਇਹਨੂੰ ਆਵੇ ਦੂਜਾ ਕਮਰਾ 'ਚ ਰੇਹ ਰੱਖਣੀ ਹੈ ਢੋਲੀ ਸਪਰੇਅ ਕੰਘਾਂ ਹਾਂ ਇਹ ਤਾਂ ਡੱਗੀ ਹੈ ਵੀ ਥੱਲੇ ਬਣੀ ਹੋਈ ਸਾਰੇ ਇਹਦੇ ਉੱਤੇ ਫਰਸ਼ ਲਾ ਦੀ ਹਾਂ ਹਰੇ ਬੂਟੇ ਆਸੇ ਪਾਸੇ ਡੱਗੀ ਜਾ ਰਹੀ ਹਾਂ ਆਹ ਪਿੱਛੇ ਆਹ ਪਿੱਛੇ ਖਾਲ ਆ ਗਿਆ ਵੀ ਨਾਲ ਨਾਲ ਡੰਡੀ ਆ ਖਾਲ ਨਾ ਹੁਣ ਢੱਕਣਾ ਉਹਦੇ ਨਾਲ ਐਂਗਲਾ ਲਾ ਕੇ ਨਾ ਇਹਨੂੰ ਢੱਕ ਦੱਗ ਜਾਵਾਂ ਮਿਸਤਰੀ ਨੂੰ ਉਦੋਂ ਕੰਮ ਹੋ ਗਿਆ ਸੀਗਾ ਭੇਜਣ ਪੈ ਗਿਆ ਅਤੇ ਬੈਕਗਰਾਊਂਡ ਜੀ ਚਲਾ ਤਾਂ ਪਤਾ ਇੱਥੇ ਸੀ ਹਾਂ
ਟਾਲੀ ਪਤਾ ਇੱਥੇ ਸੀ ਜਿੱਥੇ ਆ ਟਾਲੀ ਇੱਥੇ ਹੀ ਹੁੰਦੀ ਅਤੇ ਉੱਥੇ ਮੈਨੂੰ ਖਿਆਲ ਲੱਗ ਗਿਆ ਵੱਡੇ ਵੱਡੇ ਆ ਜਿੱਥੇ ਕਣਕ ਜੀ ਡਿੱਗੀ ਵੀ ਇੱਥੇ ਟਾਲੀ ਹੁੰਦੀ ਸੀ ਵੀ ਉਹੀ ਢੋਆ ਹੈ ਕਿ ਉਹਦਾ ਕਰਕੇ ਪੱਟੇ ਗਈਆਂ ਹੁਣ ਤਾਂ ਹੀ ਸਾਈਡ 'ਤੇ ਦਰਖਤ ਵਧਾ ਤੇ ਆਪਾਂ ਤੂੰ ਤਾਂ ਉਹ ਖਾਲਾਂ 'ਤੇ ਲਾ ਦੇ ਸਾਰੇ ਦਰਖਤ ਹਾਂ 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 ਪਿੱਛੇ ਇੱਕ ਵਰਗਿਆਂ ਹੋਰ ਲਾ ਰੱਖੀ ਹੈ ਸੋਹਣੀ ਲੱਗਦੀ ਹੈ ਜਿਹੜਾ ਪੱਕਾ ਖਾਲ ਉਹ ਉੱਥੋਂ ਹੀ ਜਾਂਦਾ ਹਾਂ ਹਾਂ ਉਹੀ ਹੈ ਉਹ ਬਾਬਾ ਸਿਆਣਾ ਵੀ ਹੈ ਨਾ ਹੈ ਬਾਬਾ ਸਿਆਣਾ ਕਿ ਪਿਛਲੇ ਸਾਲ ਦੀ ਇੱਧਰ 2 ਕਿੱਲਿਆਂ ਤੋਂ ਆਏਗਾ ਹਾਂ ਪੁੱਤ ਮੈਂ ਕੋਠਾ ਚੜ੍ਹ ਤਾਂ ਜਾਵਾਂ ਚਾਹੇ ਨਾ ਡਿੱਗ ਲੱਗਣਾ ਚੱਲ ਕੋਈ ਨਾ ਤੁਹਾਨੂੰ ਫੋਟੋ ਇੱਥੋਂ ਦੀ ਇਹ ਤਾਂ ਉੱਤਾ ਹੈਗਾ ਉੱਗਰਿਆ ਸੀ ਹਾਂ ਦੇਖ ਲੈ ਵੀ ਸੋਹਣੇ ਵਧੀਆ 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 ਕਿਵੇਂ ਲੱਗਿਆ ਮੈਨੂੰ ਤਾਂ ਨਾ ਹੈ ਅੱਛਾ ਪਤਾ ਮੈਂ ਇਹਨੂੰ ਆਏ ਸੀ ਜਦੋਂ ਪਹਿਲਾਂ ਪਹਿਲਾਂ ਕਿ ਮੈਂ ਹਜੇ ਕੁਛ ਦੇਖ ਲੂੰਗੀ ਅੱਛਾ ਹੁਣ ਮੈਨੂੰ ਰੱਬ ਨੇ ਦਿਖਾ ਤਾ ਹੈ ਸਹੀ ਗੱਲ ਹੈ ਹੁਣ ਮੈਨੂੰ ਰੱਬ ਨੇ ਦਿਖਾ ਤਾ ਪਰਮਾਤਮਾ ਸਾਰੇ ਕਿਸਾਨ ਸਭ ਨੂੰ ਦਿਖਾਵੇ ਹੈਨਾ ਸਭ ਨੂੰ ਦਿਖਾਵੇ ਹਾਂ ਇੰਨਾ ਕੁ ਆਹ ਪੁੱਤ ਪੌੜੀਆਂ ਇਹ ਪਹਿਲਾਂ ਨਹੀਂ ਆ ਬੇਬੇ ਇਹ ਖੂਹ ਵਾਲੀਆਂ ਪੌੜੀਆਂ ਹੁੰਦੀਆਂ ਸੀਗੀਆਂ ਚਾਹ ਬਣਾ ਬੇਬੇ ਹੁਣ ਬਣਾ ਲੈ ਹੈ ਬਣਾ ਲੈ 2 ਮਿੰਟਾਂ 'ਚ ਠਹਿਰ ਕੇ ਬਣਾ ਲਈ ਨਹੀਂ ਬਣਾ ਹੀ ਲੈਂਦੇ ਹਾਂ ਚੱਲ ਬਣਾ ਲੈ ਹਾਂ ਮੈਂ ਲਿਆਉਣਾ ਕੱਪ 'ਚ ਪਾ ਕੇ ਨਹੀਂ ਬਾਟੀ 'ਚ ਠੰਡੀ ਖੇਤੀ ਕਰ ਲਾਂਗੇ ਹੈ ਅੱਜ ਗਰਮੀਆਂ ਠੰਡੀ 'ਚ ਜਾਏਗੀ ਬਾਟੀ 'ਚ ਬਾਟੀ 'ਚ ਲਵਾਂ ਹਾਂ ਬਾਟੀ 'ਚ ਚਲ ਬਾਟੀ 'ਚ ਲਵਾਂ ਬਣਾਉਣਾ ਚਾਹ ਫਿਰ ਮੈਂ ਹੁਣੇ ਬਣਾਉਣਾ 10 ਮਿੰਟਾਂ 'ਚ ਚਾਹ ਹਾਂ ਕਦੋਂ ਆ ਕੇ ਢਿੱਡ ਆ ਜਾ ਦੁੱਧ ਚ ਪੱਤੀ ਪਾ ਦੇ ਤੂੰ ਵੀ ਪੁੱਤ ਬਾਟੀਆਂ ਪੀਵੇਗਾ ਹੋਰ ਤੈਨੂੰ ਬਾਟੀ ਨਹੀਂ ਪੀਵਾਂ ਮੈਂ ਫੋਟੋ ਥੋੜ੍ਹੀ ਨਹੀਂ ਪੀਵਾਂ ਸਹੀ ਬਣਾ ਲਈ ਵੀ ਛਾਣੀ ਨਹੀਂ ਕਰਦੇ ਸੰਘਣੀ ਸੰਘਣੀ ਹੈ ਦੁੱਧ ਚ ਪੱਤੀ ਹੈ ਮੇਰੇ ਲਵੇ ਲਵੇ ਤੁਸੀਂ ਬਹਿ ਜਾਂਦੇ ਸੀ ਹੋਰ ਪੈਣ ਪਾਈ ਸੀ ਉਹ ਬਹਿ ਜਾਂਦੇ ਸੀ ਨਰਮਾ ਹਾਂ ਨਰਮਾ ਫਿਰ ਮੈਂ ਉਹਨਾਂ ਨੂੰ ਚਾਹ ਪਾਈ ਜਾਂਦੀ ਰੋਟੀ ਕੱਜ ਲਿਆਉਂਦੇ ਹੁੰਦੇ ਝੋਲੇ ਚ ਲਿਆਉਣੇ ਮੋਟਰਸਾਈਕਲ ਤੇ ਇੱਕ ਡੱਬੇ ਦੇ ਵਿੱਚ ਪਾ ਕੇ ਨਾ ਝੋਲਾ ਟੰਗ ਦਿੰਦੇ ਰੋਟੀ ਇਹ ਤਾਂ ਇਕੱਲੀਆਂ ਰੋਟੀਆਂ ਪਾਉਣੀਆਂ ਹੋਣ ਫਿਰ ਤਾਂ ਬਈ ਕਾਟੋ ਟੋਂਗ ਟੁੱਕ ਦਿੰਦੀ ਕਾਟੋ ਆ ਫਿਰ ਨਹੀਂ ਇੱਥੇ ਫਿਰਦੇ ਜਨੌਰ ਦੀ ਉਹ ਟੁੱਕ ਦਿੰਦੀਆਂ ਰੋਟੀਆਂ ਨੂੰ ਅਤੇ ਇੱਕ ਦਿਨ ਭਾਈ ਸਣੇ ਝੋਲਾ ਅਤੇ ਸਣੇ ਕੌਲੇ ਅਤੇ ਕੁੱਤਾ ਲੈ ਗਿਆ ਸ਼ੌਰ 'ਤੇ ਲੈ ਗਿਆ ਰੋਟੀਆਂ ਭਾਂਡੇ ਰੋਟੀਆਂ ਲੈ ਗਿਆ ਭਾਲ ਕੇ ਫਿਰ ਕਿੱਥੋਂ ਥਿਉਣਾ ਕਿੱਥੋਂ ਥਿਉਣਾ ਭੁੱਖੇ ਮਰ ਗਏ ਜਿਵੇਂ ਛੱਡੀਆਂ ਨੂੰ ਕਿਤੇ ਆਏ ਸ਼ੌਰ ਤੋਂ ਭਾਂਡੇ ਲੈ ਗਏ ਇਹੀ ਹੁੰਦੀ ਸੀ ਪੁੱਤ ਅੱਗੇ ਅੱਗੇ ਆਹ ਸਾਇੰਸਾਂ ਕਿੱਥੇ ਸੀਆਂ ਅਤੇ ਹੁਣ ਸਾਇੰਸਾਂ ਚੱਲ ਗਈਆਂ ਅਤੇ ਹੁਣ ਤਾਂ ਤੇਰੇ ਵਰਗੀ ਆਏ ਰੋਟੀ ਪਕਾਉਂਦੇ ਅੱਗੇ ਮੇਰੇ ਵਰਗੇ ਆਏ ਪਕਾਉਂਦੇ ਆਏ ਤੰਦੂਰ 'ਤੇ ਹੈ ਨਾ ਤੰਦੂਰ 'ਤੇ ਨਹੀਂ ਥੱਪਣੇ 'ਤੇ ਆਏ ਅੱਛਾ ਉੱਥੇ ਪੁੱਜੇ ਜੇ ਠੀਕ ਹੈ ਠੀਕ ਹੈ ਵਧੀਆ ਲੱਗੇ ਖੇਤ ਅੱਗੇ ਹੁਣ ਆਪਣਾ ਕਣਕ ਤੋਂ ਬਾਅਦ ਫਿਰ ਗੇੜਾ ਮਾਰਾਂਗੇ ਜੋ ਨਰਮੇ ਬੀਜੇ ਨਾ ਹਾਂ ਉਦੋਂ ਤੋਂ ਫਿਰ ਹੁਣ ਤਾਂ ਪਛੇਤੀ ਆ ਜਾ ਕਰਾਂਗੇ ਉਦੋਂ ਬਾਅਦ ਅਸੀਂ ਆਹ ਮਿਸਤਰੀ ਲੱਗ ਗਏ ਝੋਲ ਚ ਗਏ ਸੀ ਆਇਆ ਨਹੀਂ ਯਾਰ ਦਿੱਲੀ ਧਰਨੇ 'ਚ ਹੁੰਦੇ ਸੀ ਪਛੇਤੀ ਗੇੜਾ ਮਾਰਿਆ ਕਰਾਂਗੇ ਧਰਨਾ ਆਪਾਂ ਕਿੱਦਾਂ ਜਿੱਤਾਂਗੇ ਉਹ ਦੱਸੋ ਪਹਿਲਾਂ ਮੈਨੂੰ ਹੋਰ ਜਲਦੀ ਜਿੱਤਾਂਗੇ ਵੀ ਹੈਂ ਜਲਦੀ ਜਿੱਤਾਂਗੇ ਮੈਂ ਤਾਂ ਹੁਣ ਆਏ ਹੈ ਪੁੱਤ ਜੇ ਤੁਸੀਂ ਦੂਰ ਵੱਗ ਜਾਂਦੇ ਨਾ ਫਿਰ ਮੇਰਾ ਜੀ ਨਹੀਂ ਲੱਗਦਾ ਨਹੀਂ ਮਾਰ ਤਾਂ ਜੀ ਨਹੀਂ ਲੱਗਦਾ ਕਣਕ ਦਾ ਸੀਜ਼ਨ ਚੱਲੀ ਜਾਂਦਾ ਟਾਈਮ ਸਿਰ ਅਸੀਂ ਵੀ ਜਾਂਦੇ ਹੁੰਦੇ ਹਾਂ ਦੋ ਦਿਨ ਹੁਣ ਲਾਏ ਫਿਰ ਵਾਰੀ ਨੇ ਪਾਪਾ ਜਦ ਲਾਇਆ 7 ਦਿਨ ਹੁਣ ਲਾਇਆ ਪਹਿਲਾਂ ਲਾ ਕੇ ਆਇਆ ਸੀ
ਸਾਰੇ ਪਿੰਡਾਂ ਬਸਾਂ ਕਣਕ ਵੱਢੀ ਜਾਊਗੀ ਫਿਰ ਫਿਰ ਵੱਢਣੀ ਆ ਹੁਣ ਦੁਨੀਆਂ ਨੂੰ ਇਹ ਜਿੱਤਣ ਦਾ ਨਸ਼ਾ ਹੋਇਆ ਪਿਆ ਨਾ ਪੂਰਾ ਤੇ ਸਭ ਦੁਨੀਆਂ ਜਾਣ ਲੱਗ ਪਈ ਮੇਰੇ ਵਰਗਿਆਂ ਨੇ ਕੰਮਾਂ ਤਾਂ ਭਾਵੇਂ ਨਾ ਜਾਂਦਾ ਹੋਵੇ ਜਿਹੜੇ ਜਿਹੜੇ ਵੀਰ ਆਪਦੀ ਬੇਬੇ ਨੂੰ ਪਿਆਰ ਕਰਦੇ ਹਨਾ ਤੇ ਉਹ ਕਹੇ ਵੀਡੀਓ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ।